ਪੰਥ ਇੱਥੇ ਏਕਾ ਕਰੇ ਵੀ ਅਸੀਂ ਕਰਮਜੀਤ ਅਨਮੋਲ ਹੰਸਰਾਜ ਹੰਸ ਨੂੰ ਪੇਪਰ ਤੱਕ ਨਹੀਂ ਭਰਨ ਦੇਣੇ, ਕੌਮ ਇੱਕ ਪਾਸੇ ਹੋਵੇ ਅਤੇ ਉਹਨਾਂ ਨੂੰ ਉਹਨਾਂ ਦੀ ਸ਼ਹੀਦੀ ਦਾ ਮੁੱਲ ਮੋੜਨਾ ਪੈਣਾ। ਅਸੀਂ ਆਪਦੇ ਸੂਰਮਿਆਂ ਨੂੰ, ਸ਼ਹੀਦਾਂ ਦੇ ਪੁੱਤਰਾਂ ਨੂੰ, ਪਰਿਵਾਰਾਂ ਨੂੰ ਜਿਤਾਉਣਾ, ਨਚਾਰਾਂ ਨੂੰ ਨਹੀਂ ਜਿਤਾਉਣਾ। ਇਹ ਤਾਂ ਬੋਲਣ ਤੋਂ ਪਹਿਲਾਂ ਭਾਈ ਸਾਹਿਬ ਫਤਿਹ ਬੁਲਾਉਂਦੇ ਆ, ਉਹ ਬੋਲਣ ਤੋਂ ਪਹਿਲਾਂ ਗਾਣਾ ਸੁਣਾਉਂਦੇ ਆ। ਆ ਕਲਾਕਾਰ ਨਚਾਰ, ਆ ਮਹਿਲ ਮਨਾਰੇ ਇੱਕ ਪਾਸੇ, ਅਤੇ ਫਿਰ ਭਾਈ ਇਕੱਲੇ ਬੇਅੰਤ ਸਿੰਘ ਦੀ ਸ਼ਹੀਦੀ ਇੱਕ ਪਾਸੇ ਆ। ਇੱਕ ਗਗੜੇ ਨਾਂ ਦਾ ਬੰਦਾ ਖੜ੍ਹਾ, ਉਹ ਮਾਣਦਾ ਵੱਲੋਂ ਖੜ੍ਹਾ, ਉਹ ਕਹਿੰਦੇ ਸਾਡਾ ਇਹਦੇ ਨਾਲ ਵਖਰੇਵਾਂ ਵੀ ਤਾਂ ਖੜ੍ਹਾ ਆ, ਸ਼ਹੀਦਾਂ ਨਾਲ ਕਾਹਦੇ ਵਖਰੇਵੇਂ, ਸਾਡੇ ਸ਼ਹੀਦ ਸੀ, ਉਹਨਾਂ ਦੀ ਲਾਜ ਦੇ ਵਿਰੁੱਧ ਆਪਣੇ ਬੰਦੇ ਖੜ੍ਹੇ ਕਰ ਦੇਣੇ, ਇਹ ਤਾਂ ਇੱਕ ਸਮਝ ਲਓ ਇੱਕ ਜੰਗ ਆ। ਜੰਗ ਦੇ ਮੈਦਾਨ ਦੇ ਵਿੱਚ ਸਿੱਖ ਹੀ ਸਿੱਖਾਂ ਨੂੰ ਕਹਿੰਦੇ ਪਹਿਲਾਂ ਸਾਡੇ ਨਾਲ ਲੜੋ, ਫਿਰ ਸੈਂਟਰ ਨਾਲ ਲੜਾਂਗੇ। ਫਤਿਹਗੜ੍ਹ ਸਾਹਿਬ ਸਟੇਜ 'ਤੇ ਭਰੀ ਸਭਾ ਦੇ ਵਿੱਚ ਮਾਣ ਨੇ ਇਹ ਗੱਲ ਆਖੀ ਸੀ ਵੀ ਅਸੀਂ UNO ਤੋਂ, CBI ਤੋਂ ਜਾਂਚ ਕਰਾਵਾਂਗੇ। ਕਹਿੰਦੇ ਉਹ ਦਿਨ ਗਿਆ, ਹਜੇ ਤੱਕ ਮਾਣ ਸਾਹਿਬ ਮਨਦੀਪ ਸਿੰਘ ਸਿੱਧੂ ਨੂੰ ਮਿਲਣ ਤੱਕ ਨਹੀਂ ਗਿਆ। ਪੰਜਾਬ ਅਤੇ ਪੰਥ ਨੂੰ ਚੰਗੇ ਬੰਦਿਆਂ ਦੀ ਲੋੜ ਹੈ ਅਤੇ ਇਸੇ ਤਰੀਕੇ ਦੇ ਨਾਲ ਹੁਣ ਲਹਿਰ ਚੱਲੀ ਹੋਈ ਹੈ। ਫਰੀਦਕੋਟ ਦੀ ਗੱਲ ਕੀਤੀ ਜਾਵੇ, ਭਾਈ ਸਰਬਜੀਤ ਸਿੰਘ ਜੀ ਉੱਥੋਂ ਚੋਣ ਲੜ ਰਹੇ ਨੇ, ਹੋਰ ਵੀ ਕਈ ਲੀਡਰ ਨੇ ਜਿਹੜੇ ਕੈਂਡੀਡੇਟ ਨੇ ਵੱਖਰੀਆਂ ਵੱਖਰੀਆਂ ਪਾਰਟੀਆਂ ਨਾਲ ਤਾਲੁਕ ਰੱਖਦੇ ਨੇ ਅਤੇ ਕਹਿੰਦੇ ਨੇ ਬੜੀ ਅਹਿਮ ਸੀਟ ਹੈਗੀ ਆ ਅਤੇ ਕੁਰਬਾਨੀ ਬਹੁਤ ਵੱਡੀ ਹੈ ਭਾਈ ਸਰਬਜੀਤ ਸਿੰਘ ਹੋਰਾਂ ਦੀ। ਉਹਨਾਂ ਦੇ ਲਈ ਵੱਖਰੇ ਵੱਖਰੇ ਲੋਕ ਪਹੁੰਚ ਕੇ ਪ੍ਰਚਾਰ ਕਰ ਰਹੇ ਨੇ, ਕਈ ਸਿੰਗਰ ਪਾਰਟੀਆਂ ਦੇ ਹੋਰ ਵੱਡੀਆਂ ਪਾਰਟੀਆਂ ਦੇ ਲਈ ਕਰ ਰਹੇ ਨੇ, ਪਰ ਉਹਨਾਂ ਦੇ ਲਈ ਪ੍ਰਚਾਰ ਕੌਣ ਕੌਣ ਕਰ ਰਿਹਾ, ਪੰਥ ਦੇ ਲਈ ਕੌਣ ਖੜਾ ਆਇਆ, ਇਹ ਵੀ ਬਹੁਤ ਵੱਡਾ ਸਵਾਲ ਹੈ। ਸਾਡੇ ਨਾਲ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਗੱਲਬਾਤ ਕਰਾਂਗੇ ਕਿ ਉੱਥੋਂ ਦਾ ਜਿਹੜਾ ਮਾਹੌਲ ਹੈ ਕੀ ਕਹਿ ਰਿਹਾ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਕੀ ਮਾਹੌਲ ਲੱਗ ਰਿਹਾ ਫਰੀਦਕੋਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਾਈ ਸਰਬਜੀਤ ਸਿੰਘ ਹੋਰਾਂ ਦੇ ਸਾਹਮਣੇ ਵੱਡੇ ਕੈਂਡੀਡੇਟ ਖੜ੍ਹੇ ਹੋਏ ਨੇ? ਕਰਮਜੀਤ ਅਨਮੋਲ ਹੋਰਾਂ ਦਾ ਤਾਂ ਕਹਿੰਦੇ ਬਹੁਤ ਵੱਡਾ, ਕਹਿੰਦੇ ਸਿੰਗਰ ਨੇ, ਪੂਰੇ ਕਲਾਕਾਰ ਆ ਰਹੇ ਨੇ, ਪ੍ਰਚਾਰ ਹੋ ਰਿਹਾ, ਹੰਸਰਾਜ ਹੰਸੋਰੀ ਇਸ ਤਰੀਕੇ ਨਾਲ BJP ਦੀ ਬਹੁਤ ਵੱਡੀ ਪਾਰਟੀ ਹੈਗੀ ਆ, ਕੀ ਭਾਈ ਸਾਹਿਬ ਜੀ ਹੋਰਾਂ ਦੀ ਕੀ ਸਿਚੁਏਸ਼ਨ ਹੈਗੀ ਉਹਨਾਂ ਇਸ ਵਕਤ? ਜਿਹੜੇ ਉਹਨਾਂ ਦੇ ਸਿੰਗਰਾਂ ਦੀ ਗੱਲ ਕਰਦੇ ਹਾਂ, ਭਾਵੇਂ ਕਰਮਜੀਤ ਅਨਮੋਲ ਆ ਚਾਹੇ ਹੰਸਰਾਜ ਹੰਸਾ, ਉਹ ਇਕੱਲੇ ਸਿੰਗਰ ਹੀ ਨਹੀਂ ਹੈਗੇ, ਉਹਨਾਂ ਪਿੱਛੇ ਹੱਥ ਵੀ ਮੌਕੇ ਦੀਆਂ ਸਰਕਾਰਾਂ ਦੇ ਆ। ਹੰਸਰਾਜ ਦਾ ਜਿਹੜਾ ਮੇਨ ਉਹਨਾਂ ਦੇ ਪਿੱਛੇ ਹੱਥ ਆ, ਉਹ ਸੈਂਟਰ ਗੌਰਮੈਂਟ ਦੇ ਵਿੱਚ ਉਹਨਾਂ ਦੀ ਸਰਕਾਰ ਆ ਅਤੇ ਕਰਮਨਜੀਤ ਮੋਲ ਜਿਹੜਾ ਕਰਮਜੀਤ ਅਨਮੋਲ ਆ, ਉਹਨਾਂ ਕੋਲ ਪੰਜਾਬ ਦੇ ਸੂਬੇ ਦਾ ਮੁੱਖ ਮੰਤਰੀ ਹੈਗਾ। ਪਰ ਭਾਈ ਸਰਬਜੀਤ ਸਿੰਘ ਹੋਣਾ ਕੋਲ ਸਿੱਖ ਆ ਅਤੇ ਗੁਰਦਸਵੇਂ ਪਾਤਸ਼ਾਹ ਦਾ ਥਾਪੜਾ ਵਾ। ਜਿਹੜੀਆਂ ਪਹਿਲੋਂ ਇਲੈਕਸ਼ਨ ਭਾਈ ਸਰਬਜੀਤ ਸਿੰਘ ਨੇ ਲੜੇ ਆ, ਉਹਨਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਉਹਨਾਂ ਨੂੰ। ਉਹਦਾ ਕਾਰਨ ਇਹ ਨਹੀਂ ਵੀ ਸਿੱਖ ਸਾਥ ਨਹੀਂ ਦਿੰਦੇ, ਉਹਦਾ ਕਾਰਨ ਇਹ ਸੀ ਵੀ ਪਤਾ ਹੀ ਨਹੀਂ ਸੀ ਭਾਈ ਸਰਬਜੀਤ ਸਿੰਘ ਹੈ ਕੌਣ। ਬਿਲਕੁਲ, ਪਰ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ, ਹੁਣ ਨੌਜਵਾਨੀ ਜਾਗ ਚੁੱਕੀ ਹੈ, ਇਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਆਪਦੇ ਸੂਰਮਿਆਂ ਨੂੰ, ਸ਼ਹੀਦਾਂ ਦੇ ਪੁੱਤਰਾਂ ਨੂੰ, ਪਰਿਵਾਰਾਂ ਨੂੰ ਜਿਤਾਉਣਾ, ਨਚਾਰਾਂ ਨੂੰ ਨਹੀਂ ਜਿਤਾਉਣਾ। ਇਹ ਤਾਂ ਬੋਲਣ ਤੋਂ ਪਹਿਲਾਂ ਭਾਈ ਸਾਹਿਬ ਫਤਿਹ ਬੁਲਾਉਂਦੇ ਆ, ਉਹ ਬੋਲਣ ਤੋਂ ਪਹਿਲਾਂ ਗਾਣਾ ਸੁਣਾਉਂਦੇ ਆ ਅਤੇ ਕੌਮ ਨੂੰ ਅਤੇ ਨੌਜਵਾਨੀ ਨੂੰ ਪਤਾ ਵੀ ਜਿਹੜੇ ਕੌਮ ਦੇ ਲੀਡਰ ਸੋਹਲੇ ਗਾਉਂਦੇ ਹੋਣ ਉਹ ਫਿਰ ਨਸ਼ਾ ਨਹੀਂ ਵਿਕਣ ਦੇਣਗੇ। ਇਸ ਕਰਕੇ ਇਸ ਚੀਜ਼ ਦੀ ਪਹਿਚਾਣ ਨੌਜਵਾਨਾਂ ਨੂੰ, ਪਰਿਵਾਰਾਂ ਨੂੰ, ਪੰਜਾਬ ਨੂੰ ਹੋ ਗਈ ਆ ਅਤੇ ਹੁਣ ਜਿਹੜੀ ਹਵਾ ਵਾ ਨਾ ਬਾਈ ਫਰੀਦਕੋਟ ਦੀ, ਅਤੇ ਉਹ ਭਾਈ ਸਾਹਿਬ ਜੀ ਸਿੰਘ ਵੱਲ ਵਗ ਰਹੀ ਆ। ਜਿਸ ਤਰੀਕੇ ਦੇ ਨਾਲ ਜ਼ੋਰ ਬਈ ਹੁਣ ਚੱਲਿਆ, ਭਾਈ ਸਾਹਿਬ ਵੀ ਕਹਿੰਦੇ ਨਜ਼ਰ ਆਏ ਕਿ ਇਸ ਜਿਹੜੇ ਪਹਿਲਾਂ ਦੇ ਕਲਾਕਾਰ ਆਏ ਹੋਏ ਨੇ, ਕਹਿੰਦੇ ਇਹ ਕਾਫੀ ਟਾਈਮ ਤੋਂ ਕਹਿੰਦੇ ਪ੍ਰਚਾਰ ਕਰ ਰਹੇ ਸੀਗੇ, ਕਹਿੰਦੇ ਮੈਂ ਤਾਂ ਹਜੇ 20-25 ਦਿਨਾਂ ਦੇ ਵਿੱਚ ਹੀ ਆਇਆ ਅਤੇ ਲੋਕਾਂ ਨੇ ਦੱਸਤਾ ਕਹਿੰਦੇ ਹਵਾ ਕਿਹਦੇ ਵੱਲ ਦੀ ਹੈ ਕਹਿੰਦੇ। ਨਹੀਂ 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 ਨਹੀਂ, ਇਹ ਨਾ ਇੱਕ ਮਨ 'ਚ ਭੁਲੇਖਾ ਹੁੰਦਾ। ਜੇ ਮੇਰੇ ਨਾਲ ਅੱਜ ਤੁਸੀਂ ਵੇਖੋਗੇ 250 ਸਿੰਘ ਬੈਠਾ ਅੱਜ, ਜੇ ਮੈਨੂੰ ਸਿੰਘ ਕਹਿਣ ਵੀ ਭਾਈ ਸਾਹਿਬ ਤੁਸੀਂ MP ਜਾਂ MLA ਖੜੋ ਵੀ ਤੁਸੀਂ ਜਿੱਤ ਜਾਓਗੇ, ਅਤੇ ਪਿੱਛੋਂ ਸਾਰੇ ਕਹਿਣ ਜਿੱਤ ਜਾਓਗੇ, ਤਾਂ ਮੇਰੇ ਮਨ ਦਾ ਭੁਲੇਖਾ ਵੀ ਸਾਰੇ ਮੇਰੇ ਨਾਲ ਹੀ ਆ। ਇਸ ਕਰਕੇ ਉਹਨਾਂ ਦੇ ਨਾਲ ਜਿਹੜੇ ਬੰਦੇ ਤੁਰੇ ਫਿਰਦੇ ਨਾ,
ਤੇ ਸਾਨੂੰ ਤਾਂ ਆਮ ਆਦਮੀ ਪਾਰਟੀ ਦੇ ਦੋ MLA ਮਿਲਣ ਆਏ ਬਿਨਾਂ ਸਿਕਿਉਰਿਟੀ ਤੋਂ। ਇੱਕ ਤਾਂ ਖਡੂਰ ਸਾਹਿਬ 'ਚ ਹੀ ਪੈਂਦੇ ਆ ਤੇ ਉਹ ਕਹਿੰਦੇ ਸੀਗੇ ਵੀ ਅਸੀਂ ਇਸ ਚੀਜ਼ ਨੂੰ ਥੋੜ੍ਹੀ ਪ੍ਰਾਈਵੇਸੀ 'ਚ ਰੱਖਿਓ ਆਪਾਂ, ਕਿਉਂਕਿ ਉਹਨਾਂ ਦਾ ਤਾਂ ਨਾਂ ਨਹੀਂ ਲੈਂਦੇ। ਉਹ ਕਹਿੰਦੇ ਵੀ ਅਸੀਂ ਹੈ ਤਾਂ ਆਮ ਆਦਮੀ ਪਾਰਟੀ ਦੇ MLA ਦੇ ਪਰ ਵੋਟ ਅਸੀਂ ਭਾਈ ਸਾਹਿਬ ਨੂੰ ਪਾਵਾਂਗੇ। ਤੇ ਇਹ ਜਦੋਂ ਹੁਣ ਹਵਾ ਕਰਮਜੀਤ ਅਨਮੋਲ ਹੋਣਾ ਦੀ ਸੀਟ ਵਾਲੀ ਜਿਹੜੀ ਸਰਬਜੀਤ ਸਿੰਘ ਹੋਣਾ ਨਾਲ ਚੱਲੀ ਆ ਤੇ ਉੱਧਰੋਂ ਵੀ ਸਾਨੂੰ ਪਰਿਵਾਰ ਮਿਲਿਆ ਇੱਕ, ਤੇ ਕਈ ਪਰਿਵਾਰ ਸਾਨੂੰ ਇਹ ਗੱਲਬਾਤ ਕਹਿੰਦੇ ਆ ਉਹਨਾਂ ਦੀ ਮਜਬੂਰੀ ਆ, ਜੇ ਸਾਡੇ ਕੌਮੀ ਜਥੇਦਾਰ ਜਾਂ ਕੌਮ ਦੇ ਆਗੂ ਚੰਗੇ ਹੋਣ, SGPC ਚੰਗੀ ਹੋਵੇ ਤੇ ਸਾਡੇ ਲੋਕਾਂ ਨੂੰ ਫਿਰ ਉਹਦੇ ਕਹਿਣਗੇ ਗੁਪਤ ਚੱਲਣ ਦੀ ਲੋੜ ਨਹੀਂ, ਸ਼ਰੇਆਮ ਚੱਲਣਾ। ਪਰ ਇਹਨਾਂ ਉੱਤੇ ਇਹ ਜਿਹੜੇ ਦਾਗੀ MLA ਜਾਂ MP ਜਾਂ ਮੰਤਰੀ ਆ ਇਹਨਾਂ ਦੇ ਅਹਿਸਾਨ ਕਿਤੇ ਨਾ ਕਿਤੇ ਆਪਣੇ ਲੋਕਾਂ ਸਿਰ ਹੈਗੇ ਆ, ਚਾਹੇ ਕਿਵੇਂ ਵੀ ਆ ਉਹ ਤਾਂ ਹੀ ਨਹੀਂ ਅੱਗੇ ਤੁਰਦੇ। ਤੇ ਉਹ ਕਹਿੰਦੇ ਵੀ ਅਸੀਂ ਤਾਂ ਕਰਕੇ ਨਹੀਂ ਤੁਰ ਸਕਦੇ, ਸਾਡੇ ਮੁੰਡੇ ਨੂੰ ਥਾਣੇ ਛੁਡਾਇਆ ਸੀ, ਸਾਡੇ ਮੁੰਡੇ ਦੀ ਜ਼ਮਾਨਤ ਕਰਾਈ ਸੀ, ਤੇ ਪਰ ਇਹ ਗੱਲ ਜ਼ਰੂਰ ਆ ਵੀ ਅਸੀਂ ਭਾਈ ਸਾਹਿਬ ਨੂੰ ਵੋਟਾਂ ਜ਼ਰੂਰ ਪਾਵਾਂਗੇ। ਬਿਲਕੁਲ, ਜਿਸ ਤਰੀਕੇ ਨਾਲ ਪ੍ਰਚਾਰ ਹੋ ਰਿਹਾ, ਬਹੁਤ ਵੱਡੇ ਲੀਡਰ ਨੇ, ਪਾਰਟੀਆਂ ਵੱਡੀਆਂ ਨੇ, ਭਾਈ ਸਾਹਿਬ ਵੀ ਕਹਿੰਦੇ ਨਜ਼ਰ ਆਏ ਕਿ ਕੋਈ ਨਹੀਂ ਆਇਆ ਮੇਰੇ ਲਈ ਪ੍ਰਚਾਰ ਦੇ ਵਾਸਤੇ। ਕਹਿੰਦੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵੀ ਆ ਸਕਦੇ ਸੀਗੇ, ਕਥਾਵਾਚਕ ਵੀ ਆ ਸਕਦੇ ਸੀਗੇ, ਹੋਰ ਵੱਡੇ ਜਿਹੜੇ ਪੰਥਕ ਲੀਡਰ ਨੇ ਉਹ ਵੀ ਆ ਸਕਦੇ ਸੀਗੇ, ਪਹਿਲਾਂ ਵੀ ਨਹੀਂ ਆਏ, ਹੁਣ ਤਾਂ ਲਹਿਰ ਚੱਲੀ, ਹੁਣ ਵੀ ਨਹੀਂ ਆ ਰਹੇ। ਕਹਿੰਦੇ ਬਾਈ ਜੀ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਆ, 1984 ਦੇ ਵਿੱਚ ਸਿੱਖ ਕਤਲੇਆਮ ਹੋਇਆ, ਸਭ ਤੋਂ ਵੱਡਾ ਦੁੱਖ ਸੀ ਸਾਡਾ, ਜਿਹੜਾ ਮੇਨ ਜਿੱਥੋਂ ਸਾਡੀ ਜੜ ਮੀਰੀ ਪੀਰੀ ਦੀ ਲੱਗੀ, ਸਾਡਾ ਅਕਾਲ ਤਖ਼ਤ ਸਾਹਿਬ ਢਾਤਾ। ਸਾਨੂੰ ਜੋ ਦਸਾਂ ਗੁਰੂਆਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਲੜ ਲਾਇਆ ਸੀ, ਉਹਦੇ ਵਿੱਚ ਦੀ ਗੋਲੀਆਂ ਮਾਰ ਦਿੱਤੀਆਂ ਗਈਆਂ, ਉਹ ਕੁਦਰਤੀ ਨਹੀਂ ਵੱਜੀਆਂ, ਉਹ ਫੌਜੀਆਂ ਵੱਲੋਂ ਮਾਰੀਆਂ ਗਈਆਂ। ਫੌਜੀਆਂ ਨੂੰ ਅੰਦਰ ਆਉਣ ਲਈ ਜਿਹੜਾ ਨਕਸ਼ਾ ਦਰਬਾਰ ਸਾਹਿਬ ਦਾ ਦਿੱਤਾ ਸੀ, ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਕਾ ਅਤੇ SGPC ਦੇ ਜਿਹੜੇ ਲੀਡਰ ਸੀ ਉਸ ਵੇਲੇ ਦੇ ਉਹਨਾਂ ਨੇ ਦਿੱਤਾ ਸੀ। ਕਿੱਥੇ ਕਿੱਥੇ ਤੋਸ਼ਾਖਾਨਾ ਵਾ ਦਰਬਾਰ ਸਾਹਿਬ ਦਾ, ਕਿੱਥੇ ਕਿੱਥੇ ਸੋਨਾ ਹੀਰੇ ਪਏ ਆ, ਕਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੱਥੀਂ ਲਿਖੇ ਸਰੂਪ ਪਏ ਆ ਜਿਹਨਾਂ ਦੀ ਕੀਮਤ ਅਰਬਾਂ 'ਚ ਆ। ਤੁਸੀਂ ਇਹਨਾਂ ਨੂੰ ਮਾਰਨ ਦੀ ਬਜਾਏ ਜੇ ਤੁਸੀਂ ਸਿੱਖੜਿਆਂ ਨੂੰ ਮਾਰਦੇ ਆ ਨਾ, ਉਹ ਦੁਬਾਰਾ ਉੱਗ ਖੜਨਗੇ, ਅਤੇ ਪਰ ਜੇ ਇਹਨਾਂ ਦੇ ਤੁਸੀਂ ਗੁਰੂਆਂ ਨੂੰ ਚੋਰੀ ਕਰਕੇ ਲੈ ਜਾਓਗੇ ਨਾ, ਤਾਂ ਆਉਣ ਵਾਲੀ ਪੀੜ੍ਹੀ ਇਹਨਾਂ ਤੋਂ ਵਾਂਝੀ ਰਹਿ ਜੂਗੀ, ਅਤੇ ਫਿਰ ਇਹਨਾਂ ਦੇ ਵਿੱਚ ਇਹ ਜਿਹੜੇ ਜਜ਼ਬੇ ਪੈਦਾ ਨਹੀਂ ਹੋਣੇ, ਜਿਹਦੇ ਕਰਕੇ ਆ ਨੌਜਵਾਨ ਜਿੰਨੇ ਵੀ ਤੁਰੇ ਫਿਰਦੇ ਮੋਨੇ ਘੋਨੇ ਇਸ ਕਰਕੇ ਆ ਵੀ ਉੱਥੋਂ ਬਾਣੀ ਅਸਲੀ ਚੋਰੀ ਹੋ ਗਈ ਆ। ਜਦੋਂ ਅਸਲੀ ਦਵਾਈ ਚੋਰੀ ਹੋ ਜੇ ਨਾ ਬਾਈ, ਤਾਂ ਨਕਲੀ ਦਵਾਈ ਅਸਰ ਨਹੀਂ ਕਰਦੀ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੋਣ ਵਾਲੇ ਆ, ਆਪਾਂ ਉਹਨਾਂ ਦੀ ਨਿੰਦਾ ਨਹੀਂ ਕਰਦੇ, ਪਰ ਉਹਨਾਂ ਦੇ ਵਿੱਚ RSS ਦੇ ਸੈਂਟਰ ਗੌਰਮੈਂਟ ਦੀਆਂ ਦਿੱਤੀਆਂ ਹੋਈਆਂ ਵਿੱਚ ਕਹਿ ਦਈਏ ਵੀ ਉਹਨਾਂ ਨੇ ਉਸ ਦੇ ਵਿੱਚ ਬਦਲੀ ਕਰ ਦਿੱਤਾ, ਬਾਣੀ ਸ਼ਬਦਾਰਥ ਨੇ ਜਿਹੜੇ ਬਾਣੀ ਆ ਉਹ ਅਲੱਗ ਕਰਤੀ, ਉਹਨਾਂ ਨੇ ਅਲੱਗ ਕਰ ਦਿੱਤੀ, ਜਕਾਰੇ ਬੰਦ ਕਰ ਦਿੱਤੇ। ਜਕਾਰਾ ਤਾਂ ਜੋਸ਼ ਦਿੰਦਾ ਨਾ, ਤੇ ਫਿਰ ਜਦੋਂ ਇਹ ਗੱਲਾਂ ਬਾਤਾਂ ਹੋਈਆਂ ਤੇ ਫਿਰ ਕਹਿੰਦੇ ਵੀ ਬਹੁਤ ਔਖਾ, ਤੇ ਇਹ ਕੀ ਬਣੂਗਾ ਪੰਜਾਬ ਦਾ। ਤੇ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਹੋਣੇ ਜਦੋਂ ਅਕਾਲ ਤਖ਼ਤ ਸਾਹਿਬ ਦਾ ਹਾਲ ਦੇਖਦੇ ਆ, ਫਿਰ ਉਹਨਾਂ ਤੋਂ ਰਿਹਾ ਨਹੀਂ ਨਾ ਗਿਆ, ਉਹਨਾਂ ਨੇ ਫਿਰ ਉਹ 31 ਅਕਤੂਬਰ ਨੂੰ ਸੀ ਨਾ ਇੰਦਰਾ ਗਾਂਧੀ ਦੀ ਸ਼ਾਨ ਨਹੀਂ ਬਣਾਈ। ਤੇ ਫਿਰ ਉਹ ਜਦੋਂ ਉਹ ਗੱਲਾਂ ਬਾਤਾਂ ਹੁਣ ਸਿੱਖਾਂ ਨੂੰ ਦੱਸਦੇ ਆ, ਤੇ ਫਿਰ ਸਿੱਖ ਉੱਥੇ ਸੋਚਦੇ ਆ ਵੀ ਯਾਰ ਦੁਨੀਆਂ ਦੀ ਦੌਲਤ ਸ਼ੌਹਰਤ, ਆ ਕਲਾਕਾਰ ਨਚਾਰ, ਆ ਮਹਿਲ ਮਨਾਰੇ ਇੱਕ ਪਾਸੇ, ਤੇ ਫਿਰ ਭਾਈ ਇਕੱਲੇ ਬੇਅੰਤ ਸਿੰਘ ਦੀ ਸ਼ਹੀਦੀ ਇੱਕ ਪਾਸੇ ਆ। ਇੱਕ ਇਹ ਵੀ ਆ ਬਈ, ਜੇ ਆਪਾਂ 50 ਬੰਦੇ ਖੜਾ ਦਈਏ, ਉਹਨਾਂ ਨੂੰ ਕਹਿ ਦਈਏ ਕਿ ਆਪਣਾ ਅਸਲ ਹੀਰੋ ਚੁਣੋ, ਉਹ ਫਿਰ ਤੁਹਾਨੂੰ ਕੀ ਲੱਗਦਾ ਕਿਹੜੇ ਪਾਸੇ ਨੂੰ ਭੱਜਣਗੇ? ਉਹ ਅਸਲ ਹੀਰੋ ਦੇ ਵਿੱਚ ਜਾਣਗੇ ਜਾਂ ਜਿਹੜਾ ਨਕਲੀ ਹੀਰੋ ਹੈ ਜਿਹੜਾ ਨਕਲੀ ਤੌਰ 'ਤੇ ਚੱਲਿਆ ਫਿਰਦਾ ਦੁਨਿਆਵੀ ਤੌਰ 'ਤੇ, ਉਸ ਪਾਸੇ ਭੱਜਣਗੇ? ਗੱਲ ਕੌਮ ਦੇ ਆਗੂ ਦੇ ਕਹਿਣ 'ਤੇ ਆ। ਜੇ ਤਾਂ ਕੋਈ ਲੰਡੂ ਜਿਹਾ ਬੰਦਾ ਸਟੇਜ 'ਤੇ ਖੜ ਕੇ ਕਹੂਗਾ ਦੱਸੋ ਵੀ ਕਿਹਦੇ ਆਲ ਆ, ਤਾਂ ਹੋ ਸਕਦਾ ਦੁੱਧੇ ਚੁੱਪ ਹੋ ਜਾਣ। ਕੌਮ ਨੂੰ ਇਕੱਠੀ ਕਰਿਓ, ਫਿਰ 10 ਮਿੰਟ ਬੋਲਣ ਨੂੰ ਦਿਓ,
ਤੇ ਫਿਰ ਉਹਨਾਂ ਦੇ ਭਾਵੇਂ ਸਿਰ ਤੇ ਕਿਰਪਾਨ ਹੋਵੇ ਗਲੇ ਤੇ ਵੀ ਗਲ ਕਲਮ ਕਰ ਦਿੱਤੇ ਜਾਣਗੇ ਜੇ ਬੇਅੰਤ ਸਿੰਘ ਦੇ ਮੁੰਡੇ ਨੂੰ ਚੁਣਿਆ ਤੇ ਉਹਨਾਂ ਨੇ ਤਾਂ ਵੀ ਬੇਅੰਤ ਸਿੰਘ ਦੇ ਮੁੰਡੇ ਨੂੰ ਚੁਣਨਾ, ਕੌਮ ਦਾ ਆਗੂ ਬੋਲਣ ਵਾਲਾ ਚਾਹੀਦਾ। ਜਦੋਂ ਸਟੇਜ ਤੋਂ ਲਾਟ ਨਿਕਲਦੀ ਹੈ ਨਾ ਬਾਈ, ਤੇ ਫਿਰ ਥੱਲੇ ਬੈਠੇ ਦੀਵੇ ਜਗਦੇ ਆ, ਤੇ ਫਿਰ ਉਹ ਇਹ ਨਹੀਂ ਵੀ 25 ਬੋਲਣਗੇ ਕਿ 30 ਬੋਲਣਗੇ ਤੇ ਫਿਰ 50 ਨਹੀਂ ਬੋਲਣਗੇ, 50 ਦੇ ਵਿੱਚ ਜਿਹੜੇ ਬੈਠੇ ਆ ਉਹ 20-50 ਬੋਲਣਗੇ, ਫਿਰ ਦੁੱਗਣੀਆਂ ਆਵਾਜ਼ਾਂ ਆਉਣਗੀਆਂ। ਇਸ ਕਰਕੇ ਕੌਮ ਦੇ ਲੀਡਰ ਤੇ ਇਹ ਚੀਜ਼ ਮਾਇਨੇ ਰੱਖਦੀ ਆ। ਜਿਵੇਂ ਕਹਿੰਦੇ ਲੜਾਈ ਲੜਨੀ ਆ, ਕਹਿੰਦੇ ਇਕੱਠੇ ਹੋਣਾ ਬਹੁਤ ਜ਼ਰੂਰੀ ਹੁੰਦਾ, ਇਕੱਲਾ ਭਰਾ ਨਹੀਂ ਲੜ ਸਕਦਾ, ਦੋਨਾਂ ਨੂੰ ਇਕੱਠਾ ਹੋਣਾ ਪੈਣਾ, ਤਿੰਨਾਂ ਨੂੰ ਸਾਰਿਆਂ ਨੂੰ ਇਕੱਠਾ ਹੋਣਾ ਪੈਂਦਾ। ਫਰੀਦਕੋਟ ਬੜੀ ਅਹਿਮ ਸੀਟ ਹੈਗੀ ਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਕੈਂਡੀਡੇਟ ਵੀ ਖੜਾ ਹੋਇਆ, ਲੜਾਈ ਦਾ ਵੀ ਫਿਰ ਕੀ ਲੱਗਦਾ ਨਹੀਂ ਤੁਹਾਨੂੰ? ਜਿਸ ਤਰੀਕੇ ਨਾਲ ਮਾਨ ਸਾਹਿਬ ਹੋਰਾਂ ਨੇ ਇੱਥੇ ਕੈਂਡੀਡੇਟ ਵਾਪਸ ਲਿੱਤਾ ਖਡੂਰ ਸਾਹਿਬ ਤੋਂ ਕਿ ਅਸੀਂ ਵਾਪਸ ਲੈਂਦੇ ਹਾਂ, ਫਰੀਦਕੋਟ ਤੋਂ ਵੀ ਲੈਣਾ ਚਾਹੀਦਾ ਸੀਗਾ ਕਿ ਨਹੀਂ ਪੰਥ ਦਾ ਬੰਦਾ ਖੜਾ ਹੋਇਆ, ਭਰਾ ਖੜਾ ਹੋਇਆ, ਉਹਨਾਂ ਨੂੰ ਜਿਤਾਈਏ? ਸਿੱਖ ਕੌਮ ਨਾ ਬਾਈ ਜੀ ਇਮੋਸ਼ਨਲ ਕੌਮ ਵੀ ਆ, ਅਣਖ ਤੋਂ ਇਮੋਸ਼ਨਲ ਤੱਕ ਆ ਗਈ। ਜਿਹੜੇ ਸਿੱਖ ਆਪਣੀਆਂ ਜੰਗਾਂ ਵਿੱਚ ਵੀ ਘੋੜਿਆਂ ਨੂੰ ਰਿੰਨ ਕੇ ਖਾ ਗਏ, ਲੋੜ ਪੈ ਤੇ ਛਕਿਆ ਵਾ ਸਾਰਾ ਕੁਛ ਸਿੱਖਾਂ ਨੇ, ਉਹਨਾਂ ਕੋਲੇ ਜੇ ਤੁਸੀਂ ਰੋ ਕੇ ਇੱਕ ਇਮੋਸ਼ਨਲ ਗੱਲ ਕਹਿ ਦਿਓ ਤੇ ਇਹ ਸੱਚੇ ਨੂੰ ਵੀ ਝੂਠੇ ਨੂੰ ਵੀ ਸੱਚਾ ਮੰਨ ਲੈਂਦੀ ਹੈ। ਜਿਵੇਂ ਮਾਨ ਸਾਹਿਬ ਨੇ ਪਿਛਲੀਆਂ ਵੋਟਾਂ 'ਚ ਕਿਹਾ ਸੀ ਮੇਰੀ ਕੌਮ ਮੈਨੂੰ ਹਰਾ ਦਿੰਦੀ, ਮੇਰਾ ਸਾਥ ਨਹੀਂ ਦਿੰਦੀ, ਲੋਕ ਤੁਰ ਪਏ ਉਹਦੇ ਵੱਲ ਨੂੰ, ਹਵਾ ਚੱਲ ਪਈ ਨਾ, ਇਹ ਨਹੀਂ ਹੁੰਦਾ ਗਾ। ਗੱਲ ਇਹ ਆ ਵੀ ਸਿੱਖ ਪਹਿਚਾਨਣ, ਠੀਕ ਆ ਅਸੀਂ ਦੂਜਿਆਂ ਨਾਲ ਉਹਨੂੰ ਚੰਗਾ ਸਮਝ ਲੈਂਦੇ ਹਾਂ, ਠੀਕ ਆ ਉਹ ਚੰਗਾ ਹੋਊਗਾ, ਪਰ ਇਸ ਥਾਂ ਇਸ ਸੀਟ ਦੇ ਨੂੰ ਗੱਲਬਾਤ ਨੂੰ ਲੈ ਕੇ ਪੰਥ ਕਿਉਂ ਚੁੱਪ ਆ? ਵੀ ਉੱਥੇ ਇੱਕ ਗਗੜੇ ਨਾਂ ਦਾ ਬੰਦਾ ਖੜਾ, ਉਹ ਮਾਣ ਦਾ ਲੱਲੋ ਖੜਾ, ਉਹ ਕਹਿੰਦੇ ਸਾਡਾ ਇਹਦੇ ਨਾਲ ਵਖਰੇਵਾ ਬਈ ਤਾਂ ਖੜਾ ਆ, ਸ਼ਹੀਦਾਂ ਨਾਲ ਕਾਹਦੇ ਵਖਰੇਵੇ? ਜਦੋਂ ਫਿਰ ਤਾਂ ਕੁਰਸੀ ਦਾ ਹੀ ਰੌਲਾ ਹੋ ਗਿਆ ਵੀ ਕੁਰਸੀ ਲਈ ਲੜ ਰਹੇ ਆ, ਪੰਥ ਨਹੀਂ ਲਈ ਨਹੀਂ ਲੜ ਰਹੇ। ਜਿੱਦਾਂ ਇੰਦਰਾ ਗਾਂਧੀ ਮਾਰੀ ਆ, ਇੱਕ ਦੋ ਦਿਨ ਬਾਅਦ ਭਾਈ ਸਾਹਿਬਜੀਤ ਸਿੰਘ ਦਾ ਜਨਮ ਦਿਨ ਸੀ, ਭਾਈ ਬੇਅੰਤ ਸਿੰਘ ਜੀ ਉਹਨਾਂ ਨੇ ਕੇਕ ਲਿਆਂਦਾ, ਬੀਬੀ ਬਿਮਲ ਕੌਰ ਖਾਰ ਸਾਨੂੰ ਇਸ ਗੱਲ ਦਾ ਨਹੀਂ ਪਤਾ ਸੀ ਭਾਈ ਬੇਅੰਤ ਸਿੰਘ ਉਹਨਾਂ ਨੇ ਕੀ ਕਰ ਦੇਣਾ, ਤੇ ਉਹਨਾਂ ਦੇ ਮਨ 'ਚ ਇਹ ਗੱਲਬਾਤ ਸੀ, ਉਹ ਕਹਿੰਦੇ ਵੀ ਜੇ ਅਸੀਂ ਚੜ੍ਹਾਈ ਵੀ ਕਰ ਗਏ ਨਾ, ਫਾਹੇ ਵੀ ਲਾਤਾ ਇਹਨਾਂ ਨੇ, ਤੇ ਸਾਡੀ ਜਿਹੜੇ ਔਲਾਦ ਆ ਸਾਡੇ ਬੱਚੇ ਆ ਉਹਨਾਂ ਨੂੰ ਪੰਥ ਸਾਂਭੂਗਾ, ਪੰਥ ਦੇ ਆਸਰੇ ਛੱਡਿਆ ਸੀ, ਤੇ ਜੇ ਮਗਰੋਂ ਪੰਥ ਦੇ ਠੇਕੇਦਾਰ ਜਾਂ ਪੰਥ ਦੇ ਆਗੂ ਉਹਨਾਂ ਦੇ ਵਿਰੁੱਧ ਬੰਦੇ ਖੜੇ ਕਰੀ ਜਾਣ, ਤੇ ਫਿਰ ਉਹ ਸ਼ਹੀਦਾਂ ਨੂੰ ਮੂੰਹ ਕੀ ਦਿਖਾਉਣਗੇ? ਬੀਬੀ ਬਿਮਲ ਕੌਰ ਖਾਲਸਾ ਵੀ ਤਾਂ ਇੱਕ ਹਿਸਾਬ ਦੇ ਸ਼ਹੀਦ ਹੀ ਹੋ ਗਏ ਨਾ, ਉਹਨਾਂ ਕਦੇ ਕਦੇ ਉਹਨਾਂ ਨੇ ਸੁਸਾਈਡ ਕਰ ਲਿਆ ਜਾਂ ਉਹਨਾਂ ਨੂੰ ਜ਼ਹਿਰ ਦਿੱਤੀ ਗਈ ਆ। ਤੇ ਤੁਸੀਂ ਇਹ ਵੇਖੋ ਜਦੋਂ ਗਏ ਆ, ਇੱਕ ਫੋਟੋ ਵੀਡੀਓ ਆਉਂਦੀ ਆ, ਬੀਬੀ ਬਿਮਲ ਕੌਰ ਖਾਲਸਾ ਜੀ ਬੈਠੇ ਆ, ਭਾਈ ਸਾਹਿਬ ਜੀ ਸਿੰਘ ਜੀ ਪਿਸਟਲ ਛੇੜੀ ਜਾਂਦੇ ਆ, ਛੇੜੀ ਜਾਂਦੇ ਆ ਆਪਣੇ ਛੋਟੇ ਬੱਚੇ 12-12 7-7 ਸਾਲ ਦੇ ਜੋ ਉਹਨਾਂ ਦੇ ਬੱਚੇ ਸੀਗੇ, ਤੇ ਇੱਕ ਬੱਚਾ 1.5 ਸਾਲ ਦਾ ਸੀ, ਦੁੱਧ ਚੁੰਘਦਾ ਸੀ, ਉਹਨਾਂ ਨੂੰ ਕਿਹਦੇ ਆਸਰੇ ਛੱਡ ਕੇ ਗਏ ਆ? ਕਹਿ ਦੇ ਕੌਮ ਦਾ ਬਾਪੂ ਆ, ਤੇ ਕੌਮ ਦੇ ਜਿਹੜੇ ਸਰਮਾਏ ਸੀਗੇ ਜਾਂ ਕੌਮ ਦਾ ਸਾਡੇ ਅਸਲੀ ਚੀਜ਼ਾਂ ਸੀਗੀਆਂ, ਸਾਡੇ ਸ਼ਹੀਦ ਸੀ, ਉਹਨਾਂ ਦੀ ਲਾਦ ਦੇ ਵਿਰੁੱਧ ਆਪਣੇ ਬੰਦੇ ਖੜੇ ਕਰ ਦੇਣੇ, ਇਹ ਤਾਂ ਇੱਕ ਸਮਝ ਲਓ ਇੱਕ ਜੰਗ ਆ। ਜੰਗ ਦੇ ਮੈਦਾਨ ਦੇ ਵਿੱਚ ਸਿੱਖ ਹੀ ਸਿੱਖਾਂ ਨੂੰ ਕਹਿੰਦੇ ਪਹਿਲਾਂ ਸਾਡੇ ਨਾਲ ਲੜੋ ਫਿਰ ਸੈਂਟਰ ਨਾਲ ਲੜਾਂਗੇ, ਇਹ ਨਹੀਂ ਚਾਹੀਦਾ ਉਹ ਕਹਿਣਗੇ। ਭਾਵੇਂ ਦੁਨਿਆਵੀ ਤੌਰ 'ਤੇ ਕਹਿ ਸਕਦੇ ਸਾਡੇ ਮਨ ਦੇ ਵਿੱਚ ਵਖਰੇਵੇਂ ਆ, ਸੁਭਾਅ ਸਰਬਜੀਤ ਸਿੰਘ ਦਾ ਵੱਖਰਾ ਹੋਊਗਾ ਉਹਨਾਂ ਨਾਲੋਂ ਮੰਨ ਲਓ, ਤੇ ਪਰ ਉਹ ਕਹਿਣਗੇ ਸਰਬਜੀਤ ਸਿੰਘ ਬਾਪੂ ਦੀ ਕੁਰਬਾਨੀ ਬਹੁਤ ਵੱਡੀ ਆ, ਤੇ ਪਰ ਪੰਥ ਇੱਥੇ ਏਕਾ ਕਰੇ ਵੀ ਅਸੀਂ ਕਰਮਜੀਤ ਅਨਮੋਲ ਹੰਸਰਾਜ ਹੰਸ ਨੂੰ ਪੇਪਰ ਤੱਕ ਨਹੀਂ ਭਰਨ ਦੇਣੇ, ਕੌਮ ਇੱਕ ਪਾਸੇ ਹੋਵੇ ਤੇ ਉਹਨਾਂ ਨੂੰ ਉਹਨਾਂ ਦੀ ਸ਼ਹੀਦੀ ਦਾ ਮੁੱਲ ਮੋੜਨਾ ਪੈਣਾ। ਬਿਲਕੁਲ, ਤੇ ਸਾਡੇ ਲੋਕਾਂ ਨੂੰ ਇਹ ਚਾਹੀਦਾ ਸੀ ਵੀ 1984 ਦੇ ਵਿੱਚ ਜਦੋਂ ਅਕਾਲ ਤਖ਼ਤ ਸਾਹਿਬ ਢੇਰ ਢੇਰੀ ਹੋ ਗਿਆ, ਜਿਨ੍ਹਾਂ ਨੇ ਜਰਨਲ ਵੈਦਿਆ ਠੋਕਿਆ ਸੀ, ਜਿਨ੍ਹਾਂ ਨੇ ਇੰਦਰਾ ਗਾਂਧੀ ਠੋਕੀ ਸੀ, ਜਿਨ੍ਹਾਂ ਨੇ ਬੇਅੰਤ ਸਿੰਘ ਬੁੱਚੜ ਮਾਰਿਆ ਸੀ, ਉਹਨਾਂ ਦੇ ਜਿਹੜੇ ਬੱਚੇ ਉਹ ਚਾਹੇ ਦੋਹਤੇ ਪੋਤੇ ਭਤੀਜੇ ਜੋ ਮਰਜ਼ੀ ਹੋਣ, ਉਹਨਾਂ ਨੂੰ ਸਰਬਸੰਮਤੀ ਨਾਲ ਸੀਟਾਂ ਦੇਣੀਆਂ ਚਾਹੀਦੀਆਂ ਵੀ ਤੁਸੀਂ ਆਓ, ਅਸੀਂ ਤੁਹਾਡੇ ਥੱਲੇ ਫੁੱਲ ਵਿਛਾਉਂਦੇ ਪੈਰਾਂ ਦੇ।
ਵੀ ਜਿਹੜੀਆਂ ਕੁਰਬਾਨੀਆਂ ਤੁਹਾਡੇ ਪੁਰਖੇ ਕਰਕੇ ਇਹ ਇਹਨਾਂ ਨੂੰ ਅਸੀਂ ਸਿਜਦਾ ਕਰਦੇ ਹਾਂ ਅਤੇ ਪਰ ਸ਼ਰਮ ਦੀ ਗੱਲ ਆ, ਅਸੀਂ ਉਹਨਾਂ ਨਾਲ ਤੁਰਦੇ ਹੀ ਨਹੀਂ। ਇਹ ਜੋ ਵੀ ਚੀਜ਼ਾਂ ਹੋਈਆਂ ਨੇ ਭਵਾਂ ਮਾਨ ਸਾਹਿਬ ਹੋਰਾਂ ਦੇ ਨਾਲ ਚੱਲ ਕੇ ਰਲ ਕੇ ਚੱਲੀ ਗਏ, ਵਰਤਿਆ ਗਿਆ ਫਿਰ ਉਹਨਾਂ ਨੂੰ, ਸਰਬਜੀਤ ਸਿੰਘ ਹੋਰਾਂ ਨੂੰ, ਉਹਨਾਂ ਦੇ ਫਾਦਰ ਦੀ ਜਿਹੜੀ ਕੁਰਬਾਨੀ ਸੀਗੀ ਉਹਨਾਂ ਨੂੰ ਵਰਤਿਆ ਗਿਆ ਫਿਰ ਸਾਰੀਆਂ ਚੀਜ਼ਾਂ? ਦੇਖੋ ਮੇਰੀ ਉਮਰ ਬਹੁਤ ਛੋਟੀ ਇਹਨਾਂ ਦੋਨਾਂ ਤੋਂ, ਮੈਂ ਇਸ ਚੀਜ਼ ਦੇ ਵਿੱਚ ਪਹਿਲਾਂ ਸਰਬਜੀਤ ਜੀ ਨੇ ਕਿਹਾ ਖੁਦ ਵੀ ਮੇਰਾ ਯੂਜ਼ ਕੀਤਾ। ਦੱਸਣ ਲੱਗਾ ਮੈਂ ਉਹਨਾਂ ਦੀ ਇੰਟਰਵਿਊ ਤੋਂ ਪਤਾ ਲੱਗਾ ਵੀ ਉਹਨਾਂ ਨੂੰ ਇਲੈਕਸ਼ਨ ਲੜੇ ਉਹਨਾਂ ਨੇ, ਉਹ ਬੋਲਦੇ ਬੋਲਦੇ ਰੋ ਪਏ, ਰੋ ਪਏ ਨਾ ਉਹਦੇ, ਉਹ ਇਕੱਲੇ ਨਹੀਂ ਰੋਏ ਸੀ, ਸੇਮ ਟਾਈਮ ਸੀ ਉਹਨਾਂ ਦੀ ਧਰਮ ਪਤਨੀ ਬੀਬੀ ਸੰਦੀਪ ਕੌਰ ਵੀ, ਅਸੀਂ ਉਹਨਾਂ ਦੇ ਨਾਲ ਸੀ, ਉਹ ਵੀ ਪਿੰਡ 'ਚ ਵਿੱਚ ਕਿਸੇ ਪ੍ਰਚਾਰ ਕਰਦੇ ਰੋ ਪਏ। ਕਦੋਂ ਹੰਝੂਆਂ ਦਾ ਮੁੱਲ ਪਊਗਾ? ਉਹ ਕਹਿੰਦੇ ਸਾਡੇ ਨਾਂ 'ਤੇ ਪੈਸੇ ਇਕੱਠੇ ਕੀਤੇ ਇਹਨਾਂ ਨੇ, ਅਤੇ ਗੱਲ ਸੱਚੀ ਹੋਊਗੀ ਉਹਨਾਂ ਨਾਲ ਬੀਤੀ ਹੋਊਗੀ। ਉਹ ਕਹਿੰਦੇ ਵੀ ਸਾਡੇ ਨਾਂ 'ਤੇ ਪੈਸੇ ਇਕੱਠੇ ਕੀਤੇ, ਜਦੋਂ ਰੌਲਾ ਬਾਹਰਲੀਆਂ ਕੰਟਰੀਆਂ 'ਚ ਪੈ ਗਿਆ ਅਤੇ ਸਾਨੂੰ ਧੱਕੇ ਨਾ ਕੇ ਕਿਹਾ ਵੀ ਅਖਬਾਰ 'ਚ ਬਿਆਨ ਦਿਓ ਵੀ ਤੁਹਾਨੂੰ ਪੈਸੇ ਮਿਲੇ ਆ। ਕਹਿੰਦੇ ਅੱਜ ਤੱਕ ਅਸੀਂ ਧੱਕੇ ਖਾਂਦੇ ਫਿਰਦੇ ਹਾਂ। ਉਹ ਰੋਂਦੇ ਅੱਜ ਵੀ ਰੋਂਦੇ ਆ, ਉਹ ਤਾਂ ਆਪਣੇ 'ਤੇ ਇਲਜ਼ਾਮ ਵੀ ਲਾਉਣ, ਉਹ ਵੀ ਕਹਿ ਦੇਣੇ ਸੱਤ ਆ ਜੀ, ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਉਂਦੇ ਆ ਅਤੇ ਉਹ ਕਹਿ ਦੇਣਗੇ ਸਿੱਖਾ ਤੂੰ ਝੂਠਾ, ਅਤੇ ਆਪਾਂ ਉਹਦੇ ਮੂਹਰੇ ਵਕੀਲ ਕਰਕੇ ਖੜ ਜਾਂਗੇ ਵੀ ਤੂੰ ਦਸਵੇਂ ਪਾਤਸ਼ਾਹ ਨਾਲ ਜਿੱਦ ਕਰ ਯਾਰ ਮੈਂ ਸੱਚਾ। ਉਹਨੂੰ ਕਹਿੰਦੇ ਸੱਤ ਆ ਜੀ, ਅਤੇ ਦਸਵੇਂ ਪਾਤਸ਼ਾਹ ਨੇ ਕਿਹਾ ਵੀ ਉਹ ਕਹਿੰਦੇ ਜੇ ਗੁਰੂ ਤੋਂ ਵੱਡਾ ਕੌਣ ਆ? ਉਹਦੇ ਕਹਿੰਦੇ ਗੁਰੂ ਤੋਂ ਵੱਡਾ ਸ਼ਹੀਦ ਆ, ਅਤੇ ਬੇਅੰਤ ਸਿੰਘ ਜੀ ਸ਼ਹੀਦ ਆ ਨਾ, ਅਤੇ ਫਿਰ ਆਪਾਂ ਉਹਨਾਂ ਨੂੰ ਕੀ ਐਮ ਪੀ ਨਹੀਂ ਬਣਾ ਸਕਦੇ, ਆਪਾਂ ਉਹਨਾਂ ਦੇ ਵੱਧ ਬੰਦਾ ਖੜਾ ਕਰੀ ਬੈਠੇ ਹਾਂ, ਅਤੇ ਜੇ ਉਹਨਾਂ ਦੀਆਂ ਗੱਲਾਂ ਬਾਤਾਂ ਕਰੀਏ ਆਪਾਂ ਬਹੁਤੀਆਂ ਨਾ ਇਹਨਾਂ ਦੀਆਂ ਗੱਲਾਂ ਕਰੀਏ। ਦੀਪ ਸਿੱਧੂ ਦੀ ਮੌਤ ਤੋਂ ਬਾਅਦ ਇੱਕ ਬਿਆਨ ਆਉਂਦਾ, ਹਾਂਜੀ ਮੈਂ ਦੀਪ ਸਿੱਧੂ ਦੀ ਡੈੱਡ ਬੋਡੀ ਵੇਖੀ ਆ ਅਤੇ ਉਹਦੇ ਇੱਥੋਂ ਦੀ ਰਾਡ ਕੱਢੀ ਹੋਈ ਆ, ਗੋਲੀ ਵੱਜੀ ਹੋਈ ਆ, ਉਹਦੇ ਇੱਥੇ ਹੋਲ ਆ। ਇਹ ਕਿਹਦਾ ਬਿਆਨ ਸੀ? ਕਿਹਦਾ? ਮਾਨ ਸਾਹਿਬ ਦਾ ਸੀ ਨਾ, ਤੁਹਾਨੂੰ ਸਭ ਨੂੰ ਪਤਾ ਵਾ। ਉਹ ਗੱਲਬਾਤ ਕਹਿ ਕੇ ਇਨਕੁਆਇਰੀ ਕਿੱਥੇ ਆ? ਦੀਪ ਸਿੱਧੂ ਦਾ ਭਰਾ ਮਨਦੀਪ ਸਿੰਘ ਸਿੱਧੂ, ਪਰਸੀ ਤੋਂ ਬਾਅਦ ਉਹਦੀਆਂ ਇੰਟਰਵਿਊ ਆਈਆਂ ਕਿ ਨਹੀਂ ਆਈਆਂ, ਮਾਨ ਸਾਹਿਬ ਸਟੇਜ ਤੋਂ ਥੱਲੇ ਬੈਠੇ ਆ, ਮਨਦੀਪ ਸਿੱਧੂ ਸਟੇਜ 'ਤੇ ਬੈਠਾ, ਇਹ ਗੱਲ ਕਹਿੰਦਾ ਵੀ ਮੇਰੇ ਭਰਾ ਦੀ ਮੌਤ 'ਤੇ ਫਤਿਹਗੜ੍ਹ ਸਾਹਿਬ ਸਟੇਜ 'ਤੇ ਭਰੀ ਸਭਾ ਦੇ ਵਿੱਚ ਮਾਨ ਨੇ ਇਹ ਗੱਲ ਆਖੀ ਸੀ ਵੀ ਅਸੀਂ UNO ਤੋਂ CBI ਤੋਂ ਜਾਂਚ ਕਰਾਵਾਂਗੇ। ਕਹਿੰਦੇ ਉਹ ਦਿਨ ਗਿਆ, ਹਜੇ ਤੱਕ ਮਾਨ ਸਾਹਿਬ ਮਨਦੀਪ ਸਿੰਘ ਸਿੱਧੂ ਨੂੰ ਮਿਲਣ ਤੱਕ ਨਹੀਂ ਗਿਆ, ਸਮਝ ਗਏ ਤੁਸੀਂ? ਮੈਂ ਅੱਗੇ ਵੀ ਇਹ ਗੱਲ ਆਖੀ ਸੀ ਵੀ ਜਿਹੜੀ ਸਿਆਸਤ ਆ ਨਾ ਬਈ, ਰਾਜਨੀਤੀ ਆ, ਇਹ ਬਜ਼ੁਰਗਾਂ ਦੀ ਉਹ ਖੇਡ ਆ ਜਿਹੜੀ ਨੌਜਵਾਨਾਂ ਦੀਆਂ ਲਾਸ਼ਾਂ ਨਾਲ ਖੇਡੀ ਜਾਂਦੀ ਆ। ਸਿੱਧੂ ਮੂਸੇਵਾਲੇ ਨੇ ਗਾਣੇ ਕਿੰਨੇ ਗਾਏ ਸਿੱਖਾਂ 'ਤੇ ਪੰਜਾਬ 'ਤੇ? ਦੋ, ਤਿੰਨ, ਚਾਰ ਗਾਤੇ ਹੋਣਗੇ, ਗਾਤੇ ਹੋਣਗੇ। ਜੇ ਤਿੰਨ ਗਾਣੇ ਧਾਰਮਿਕ ਜਾਂ ਪੰਥ ਦੇ ਜਾਂ ਪੰਜਾਬ ਦੇ ਮਸਲਿਆਂ 'ਤੇ ਗਾਉਣ ਵਾਲੇ ਬੰਦੇ ਸ਼ਹੀਦ ਹੋ ਬਣਾ ਦੇਣ ਇਹੋ ਜਿਹੇ ਲੀਡਰ, ਪਿਛਲੀ ਇੰਟਰਵਿਊ ਦੇ ਵਿੱਚ ਸਿੱਧੂ ਮੂਸੇਵਾਲੇ ਉਹਨਾਂ ਨੇ ਸ਼ਹੀਦ ਆਖਿਆ, ਬਰੋਬਰ ਫੋਟੋ ਲੱਗੀ ਆ ਸੰਤਾਂ ਦੇ। ਪਹਿਲੀ ਗੱਲ ਕਲੀਅਰ ਕਰ ਦਈਏ ਵੀ ਅਸੀਂ ਮੂਸੇਵਾਲੇ ਦੇ ਖਿਲਾਫ਼ ਨਹੀਂ ਹੈਗੇ। ਜੇ ਮਹਾਰਾਜ ਸਾਨੂੰ ਰੁਤਬਾ ਬਖਸ਼ਣ, ਇੰਨਾ ਕੁ ਸਾਨੂੰ ਸ਼ਕਤੀ ਬਖਸ਼ਣ, ਪਾਵਰ ਬਖਸ਼ਣ, ਸਾਡੇ ਨੌਜਵਾਨਾਂ ਦਾ ਉਹ ਸਾਡੇ ਪੰਜਾਬ ਦਾ ਪੁੱਤ ਸੀ ਅਤੇ ਅਸੀਂ ਉਹਦਾ ਬਦਲਾ ਲਵਾਂਗੇ, ਅਸੀਂ ਉਹਦੇ ਵਿਰੋਧ ਨਹੀਂ ਹੈਗੇ, ਪਰ ਅਸੀਂ ਜੋ ਸਾਡੇ ਮੇਨ ਸਿਧਾਂਤ ਆ ਉਹਨਾਂ ਨੂੰ ਅਸੀਂ ਖਰਾਬ ਨਹੀਂ ਹੋਣ ਦੇਵਾਂਗੇ। ਇੱਕ ਪਾਸੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਦੀ ਤਸਵੀਰ ਆ, ਜਿਨ੍ਹਾਂ ਨੇ ਸਾਰੀ ਉਮਰ ਲੇਖੇ ਜਿਹੜੀ ਹੈਗੀ ਆ ਪੰਥ ਦੇ ਲਾਤੀ, ਜਵਾਨੀ ਕੰਠ ਸੀਗੀ ਸਾਰੀਆਂ ਬਾਣੀਆਂ, ਹੈਕ ਡਾਹ ਕੇ ਲੜੇ ਆ ਅਤੇ ਸ਼ਹੀਦੀ ਪ੍ਰਾਪਤ ਕੀਤੀ ਆ, ਸਮਝ ਗਏ? ਦੂਜੀ ਨਾਲ ਫੋਟੋ ਲੱਗੀ ਮੂਸੇਵਾਲੇ ਦੀ, ਚਾਰ ਗਾਣੇ ਗਾਏ ਅਤੇ ਨੌਜਵਾਨੀ ਗਾਹਲੀ ਕੀ ਕਹੂਗੀ, ਫੋਟੋ ਤਾਂ ਸੰਤਾਂ ਦੇ ਬਰੋਬਰ ਹੀ ਲੱਗਣੀ ਆ, ਸਾਰੀ ਉਮਰ ਗੰਦ ਪਾਓ ਜਾਂਦੇ ਹੋਏ ਚਾਰ ਗਾਣੇ ਕੱਢ ਜਾਂਗੇ, ਸਮਝਦੇ ਨਾ? ਹਿਸਟਰੀ ਖਰਾਬ ਹੋਈ ਜਾਂਦੀ, ਅਤੇ ਖਰਾਬ ਕੌਣ ਕਰ ਰਿਹਾ? ਉਹੀ ਜਿਹੜੇ ਆਪ ਬਹਾਰੇ ਬਣੇ ਹੋਏ ਆਗੂ ਆ। ਅਸੀਂ ਇਹ ਨਹੀਂ ਕਹਿੰਦੇ ਉਹਨਾਂ ਦੀ ਫੋਟੋ ਨਾ ਲਾਓ ਜਾਂ ਉਹਨਾਂ ਨੂੰ ਨਾ ਕਰੋ, ਹਰੇਕ ਚੀਜ਼ ਦਾ ਵੱਖੋ ਵੱਖਰਾ ਖਾਨਾ ਹੁੰਦਾ, ਉਹਨੂੰ ਉੱਥੇ ਰੱਖੋ।
ਤੁਸੀਂ ਸਿੱਧੂ ਮੂਸੇਵਾਲੇ ਦੇ ਮੁੱਦੇ ਦੇ ਉੱਤੇ ਚੋਣਾਂ ਲੜ ਸਕਦੇ ਪਰ ਉਹਦੀ ਫੋਟੋ ਨਹੀਂ ਵਰਤ ਸਕਦੇ, ਸਮਝ ਗਏ? ਅੱਜ ਸੰਤਾਂ ਦੇ ਹੱਕ 'ਚ ਫੋਟੋ ਲੱਗੀ ਨਾ, ਉਹਦੀ ਬਰਾਬਰ ਫੋਟੋ ਲੱਗੀ ਆ, 100 ਸਾਲ ਨੂੰ ਆਪਣੀ ਪੀੜ੍ਹੀ ਨੇ ਕਹਿਣਾ ਵੀ ਇਹ ਕਿਹੜੇ ਸੰਤ ਸੀ, ਇਹਨਾਂ ਸੰਤਾਂ ਦਾ ਬੁੱਤ ਲੱਗਾ ਮੂਸੇ ਪਿੰਡ, ਕਿਉਂ ਸ਼ਹੀਦ ਵੀ ਕਹੀ ਜਾਂਦੇ ਆ? ਅਤੇ ਕਹਿਣਗੇ ਤੁਸੀਂ ਤਾਂ ਕੌਮ ਦੇ ਲੀਡਰ ਮੰਨਦੇ ਸੀਗੇ ਮਾਨ ਨੂੰ, ਅਤੇ ਤੁਹਾਡੇ ਕੌਮ ਦੇ ਲੀਡਰ ਨੇ ਤਾਂ ਕਿਹਾ ਸਿੱਧੂ ਮੂਸੇਵਾਲੇ ਸਾਹਿਬ ਨੂੰ ਸ਼ਹੀਦ ਕਰਤਾ, ਅਤੇ ਹੁਣ ਤੁਸੀਂ ਮੰਨੋ ਵੀ ਉਹ ਸ਼ਹੀਦ ਸੀ, ਅਤੇ ਫਿਰ ਉਹਨਾਂ ਵਾਲੀ ਪੀੜ੍ਹੀ ਤੋਂ ਸੁਣਾਂਗੇ ਵੀ ਉਹ ਜਿਹਨਾਂ ਨੇ ਗਾਣੇ ਕੱਢੇ ਸੀ ਕਿੱਦਾਂ ਦੇ ਗਾਣੇ ਆਏ ਆ, ਚਾਹੇ ਜਿਵੇਂ ਮਰਜ਼ੀ ਸੀ, ਅਤੇ ਤੁਹਾਡੇ ਸ਼ਹੀਦ ਗਾਣੇ ਕਿਉਂ ਦਿੰਦੇ ਸੀ? ਅਖੀਰਲਾ ਸਵਾਲ ਅਤੇ ਸੁਨੇਹਾ ਜੋ ਫਰੀਦਕੋਟ ਵਾਸੀਆਂ ਦੇ ਲਈ ਕਿ ਕੀ ਮਾਹੌਲ ਹੋਣਾ ਚਾਹੀਦਾ ਹੈ, ਕਿਉਂਕਿ ਕਹਿੰਦੇ ਹੁਣ ਲੋਕ ਆਪਣਾ ਕੈਂਡੀਡੇਟ ਮਤ ਦਾ ਦਾਨ ਜਿਹੜਾ ਕਰਨਗੇ ਉਹ ਕੀ ਸੋਚ ਕੇ ਦੇਣ ਵੋਟ ਜਿਹੜੀ ਹੈ? ਦੇਖੋ ਵੀ ਆਪਾਂ ਜਿਹੜੇ ਫਰੀਦਕੋਟ ਹਲਕਾ, ਖਡੂਰ ਸਾਹਿਬ ਹਲਕਾ ਜੀ, ਹੋਰ ਤਾਂ ਮੈਨੂੰ ਕੋਈ ਜੀਂਦਾ ਨਹੀਂ ਬੰਦਾ ਚੱਜ ਦਾ, ਜਿਹੜੇ ਲੋ ਦੋ ਸੀਟਾਂ ਦੇ ਉੱਤੇ ਨੌਜਵਾਨ ਉਹ ਕੈਂਡੀਡੇਟ ਆ, ਉਹ ਜਿਹੜੀ ਗੱਲਬਾਤ ਹੈਗੀ ਆ, ਪਹਿਲੀ ਤਾਂ ਗੱਲ ਹੈਗੀ ਸਾਡੀ ਅਣਖ ਦੀ ਜੀ, ਵੀ ਸਟੇਟ ਨੂੰ ਇਹ ਜਵਾਬ ਦੇਣਾ ਪੈਣਾ ਵੀ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਬੰਦੇ ਹੈਗੇ ਆ, ਬਹੁਤ ਵੱਡੀ ਗੱਲ ਹੋਣੀ। ਦੂਜੀ ਗੱਲ ਹੈਗੀ ਸਾਡੀ ਦਸਤਾਰ ਦੀ, ਉਹ ਫਰੀਦਕੋਟ ਵਾਲੀ ਸੀਟ ਆ ਜੀ, ਨੌਜਵਾਨਾਂ ਨੂੰ ਅਤੇ ਜਿਹੜੇ ਬਜ਼ੁਰਗ ਆ ਜਾਂ ਪਰਿਵਾਰ ਆ ਉਹ ਜਾਗਣ, ਉੱਠਣ, ਉਹ ਪਹਿਚਾਣ ਕਰਨ ਵੀ ਆਪਦੇ ਬੱਚੇ ਕਿਹੜੇ ਆ ਜੀ। ਅਤੇ ਜੇ ਹਜੇ ਵੀ ਉਹ, ਪਹਿਲੀ ਗੱਲ ਤਾਂ ਇਹ ਕਾਂਗਰਸ 'ਤੇ ਤਾਂ ਐਤਕੀ ਇਲੈਕਸ਼ਨਾਂ 'ਚ ਕਾਂਟਾ ਮਾਰਦੇ ਨੇ, ਕਿਉਂ ਜੂਨ ਮਹੀਨੇ 'ਚ ਤਾਂ ਵੋਟਾਂ, ਅਤੇ ਜੂਨ ਮਹੀਨੇ 'ਚ ਸਾਡੇ ਟੈਂਕ ਚਾੜ੍ਹਤੇ ਸੀ ਉਹਨਾਂ ਨੇ, ਘੱਟੋ ਘੱਟ ਇਸ ਚੀਜ਼ ਦੀ ਤਾਂ ਸ਼ਰਮ ਖਾਣ ਵੀ ਇਸ ਕਾਂਗਰਸ ਨੇ ਸਾਡਾ ਤਖ਼ਤ ਢਾਹਤਾ ਸੀ, ਅਤੇ ਦੂਜੀ ਕਹਿਣ ਢਵਾਇਆ ਤਾਂ ਵਾ ਜੇ ਘਰ ਦਾ ਭੇਤੀ ਲੰਕਾ ਢਾਵੇ, ਸਾਡੀ ਲੰਕਾ ਸੀ, ਸਾਡੀ ਲੰਕਾ ਤਾਂ ਉਹਨੇ ਢਵਾਈ ਆ ਬਾਦਲ ਕਹਿਣੇ, ਅਤੇ ਫਿਰ ਅਕਾਲੀ ਕਾਂਗਰਸ ਹੀ ਤਾਂ ਮਿੱਟੀ ਕਰ ਦੇਣਾ ਘੱਟੋ ਘੱਟ ਇਹਦੇ ਕੀ, ਅਤੇ ਦੂਜੇ ਆਪਣੇ ਮੁਕਾਬਲੇ 'ਚ ਹੈ ਨਹੀਂ ਬਾਈ, ਲੋਕ ਜਾਗ ਚੁੱਕੇ ਆ, ਇਸ ਕਰਕੇ ਆਪਾਂ ਵੀ ਇਹੀ ਕਹਾਂਗੇ ਵੀ ਸਾਰੇ ਵੱਧ ਚੜ੍ਹ ਕੇ ਇਹਨਾਂ ਦਾ ਸਾਥ ਦੇਣ, ਅਤੇ ਚੋਣ ਨਿਸ਼ਾਨ ਜ਼ਰੂਰ ਯਾਦ ਰੱਖਣ। ਠੀਕ ਹੈ, ਬਹੁਤ ਸ਼ੁਕਰੀਆ, ਧੰਨਵਾਦ ਭਾਈ ਸਾਹਿਬ। ਸਾਡੇ ਨਾਲ ਸੀਗੇ, ਗੱਲਬਾਤ ਕਰ ਰਹੇ ਸੀਗੇ, ਜਿਸ ਤਰੀਕੇ ਦੇ ਨਾਲ ਮਾਹੌਲ ਜਿਹੜਾ ਭਖਿਆ ਹੋਇਆ ਤਾਂ ਵੋਟਾਂ ਪੈਣੀਆਂ ਨੇ, ਭਾਈ ਸਰਬਜੀਤ ਸਿੰਘ ਹੋਰਾਂ ਦੇ ਲਈ ਖਾਸ ਤੌਰ 'ਤੇ ਅਪੀਲ ਕੀਤੀ ਹੈ, ਨਾਲ ਹੀ ਸਵਾਲ ਜਿਹੜੇ ਨੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਉੱਤੇ ਨੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ, ਕੈਮ ਸਹਿਯੋਗ ਸੀ ਜਗਮੀਤ, ਧੰਨਵਾਦ।